ਸਰਸ਼ਕਾਲ ਜੀ ਮੈਨੂੰ ਆਸ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਤੇ ਗੱਲ ਕਰ ਲਈ ਜਾਵੇ ਅਸੀਂ ਸਾਡੇ ਦੇਸ਼ ਦੇ ਵਿੱਚ ਅੰਨੇ ਭਗਤਾਂ ਦੇ ਕਹਿੰਦੇ ਕਮੀਆਂ ਕੋਈ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਉਸ ਤੋਂ ਸਾਫ਼ ਅਸੀਂ ਕਹਿ ਸਕਦੇ ਹਾਂ ਕਿ ਵਾਕਈ ਹੀ ਇੰਨੇ ਅੰਨੇ ਭਗਤ ਨੇ ਕਿ ਕਿਸੇ ਚੀਜ਼ ਦਾ ਪਤਾ ਕੁਝ ਨਹੀਂ ਹੁੰਦਾ ਭੇੜਚਾਲ ਜਿਹੜੀ ਕਿ ਅਸੀਂ ਕਹਿ ਦਿੰਦੇ ਹਾਂ ਸ਼ੁਰੂ ਹੋ ਜਾਂਦੀ ਹੈ ਜੇ ਮੰਨ ਲਓ ਕੋਈ ਦਰਖਤ ਹੈ ਜੇਕਰ ਕਿਸੇ ਨੇ ਉੱਥੇ ਪੰਜ ਪਤਾਸੇ ਰੱਖ ਕੇ ਮੱਥਾ ਟੇਕ ਦਿੱਤਾ ਉਸ ਦੇ ਪਿੱਛੇ ਆਰੇ 15 ਬੰਦੇ ਇਹ ਨਹੀਂ ਸੋਚਣਗੇ ਵੀ ਇਹਨੇ ਪੰਜ ਪਤਾਸੇ ਦਾ ਮੱਥਾ ਕਿਉਂ ਟੇਕਿਆ ਸੋਚਣਗੇ ਇੱਥੇ ਵੀ ਕੋਈ ਸ਼ਕਤੀ ਹੋਣੀ ਆ ਤਾਂ ਉਹ ਸਾਰੇ ਲੋਕ ਉਹਦੇ ਪਿੱਛੇ ਲੱਗ ਕੇ ਉਹ ਵੀ ਪਤਾਸਿਆਂ ਦਾ ਜਿਹੜਾ ਕਿ ਮੱਥਾ ਟੇਕਣ ਲੱਗ ਜਾਂਦੇ ਨੇ ਇਸ ਤਰੀਕੇ ਦੀ ਭੇੜਚਾਲ ਅੰਧਵਿਸ਼ਵਾਸ ਤੇ ਅਜਿਹੇ ਜਿਹੜੇ ਕਿ ਇੰਨੇ ਭਗਤ ਇਸ ਦੁਨੀਆ ਦੇ ਵਿੱਚ ਤਨੂ ਇੱਟ ਚੱਕੇ ਤੋਂ ਛੱਡੋ ਮੈਨੂੰ ਲੱਗਦਾ ਰੋੜਾ ਚੱਕੇ ਤੋਂ ਮਿਲ ਜਾਣਗੇ ਇਸ ਕਦਰ ਫੈਲੇ ਜਾ ਰਹੇ ਨੇ ਕਿਉਂਕਿ ਇੱਕ ਵੀਡੀਓ ਜਿਹੜੀ ਕਿ ਸਾਹਮਣੇ ਆ ਰਹੀ ਐ ਇਸ ਵੀਡੀਓ ਨੂੰ ਦੇਖ ਕੇ ਥੋੜਾ ਹਾਸਾ ਵੀ ਨਹੀਂ ਰੁਕਣਾ ਕਿ ਆਖਿਰ ਲੋਕਾਂ ਨੂੰ ਹੋ ਕੀ ਰਿਹਾ ਠੀਕ ਐ ਅਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਆ ਅਸੀਂ ਆਪਣੇ ਧਰਮ ਨੂੰ ਮੰਨੋ ਸੱਚੇ ਦਿਲੋਂ ਮੰਨੋ ਪਰ ਅੰਧਵਿਸ਼ਵਾਸ ਨਾਲ ਫਲਾਓ ਤੁਸੀਂ ਦੇਖ ਸਕਦੇ ਹੋ ਇੱਕ ਵੀਡੀਓ ਸੌ ਬਣਾਈ ਹੈ ਜਿਹੜੀ ਸੋਸ਼ਲ ਮੀਡੀਆ ਤੇ ਇੰਨੀ ਕੁ ਵਾਇਰਲ ਹੋ ਰਹੀ ਹੈ ਕਿ ਲੋਕਾਂ ਵੱਲੋਂ ਦੇਖ-ਦੇਖ ਕੇ ਨਾ ਉਸ ਵੀਡੀਓ ਨੂੰ ਫਿਰ ਵੀ ਮੰਨ ਨਹੀਂ ਪਾ ਰਿਹਾ ਵਾਰ-ਵਾਰ ਉਸ ਵੀਡੀਓ ਨੂੰ ਦੇਖ ਰਹੇ ਨੇ ਜਿਸ ਦੇ ਵਿੱਚ ਠਾਕੁਰ ਦਾ ਇੱਕ ਮੰਦਿਰ ਹੈ ਮੰਦਿਰ ਦੇ ਅੰਦਰ ਏਸੀ ਲਗਾਏ ਜਾਂਦੇ ਨੇ ਹਮੇਸ਼ਾ ਹੀ ਦੇਖਦੇ ਆ ਆਪਣੇ ਵੀ ਘਰਾਂ ਦੇ ਵਿੱਚ ਏਸੀ ਲੱਗੇ ਹੁੰਦੇ ਨੇ ਤਾਂ ਆਪਾਂ ਏਸੀ ਦਾ ਜਿਹੜਾ ਪਾਣੀ ਵਾਲਾ ਪਾਈਪ ਹੁੰਦਾ ਉਹਦੀ ਨਿਕਾਸੀ ਬਾਹਰ ਰੱਖਦੇ ਆ ਤੇ ਇਸੇ ਤਰੀਕੇ ਨਾਲ ਮੰਦਰ ਦੇ ਵਿੱਚ ਵੀ ਏਸੀ ਲਗਾਇਆ ਗਿਆ ਤਾਂ ਮੰਦਰ ਦੇ ਵਿੱਚ ਏਸੀ ਦਾ ਜਿਹੜਾ ਪਾਣੀ ਦੀ ਨਿਕਾਸੀ ਸੀ ਬਾਹਰ ਇੱਕ ਛੋਟੀ ਜੀ ਮੂਰਤੀ ਬਣੀ ਹੋਈ ਸੀ ਉਹਦੇ ਰਾਹੀਂ ਜਿਹੜੇ ਕਿ ਪਾਣੀ ਦੀ ਨਿਕਾਸੀ ਏਸੀ ਦੀ ਕੀਤੀ ਜਾ ਰਹੀ ਸੀ ਲੋਕਾਂ ਨੂੰ ਲੱਗਿਆ ਵੀ ਇਹ ਤਾਂ ਜੀ ਜਿਹੜੇ ਅੰਦਰ ਠਾਕੁਰ ਜੀ ਦੀ ਮੂਰਤੀ ਲੱਗੀ ਹੋਈ ਹੈ ਉਹਦੇ ਚਰਨਾਂ ਦਾ ਪਾਣੀ ਆ ਤਾਂ ਲੋਕ ਉਸ ਨੂੰ ਚਰਨਾਂ ਦਾ ਅੰਮ੍ਰਿਤ ਪਾਣੀ ਸਮਝ ਕੇ ਪੀਂਦੇ ਨਜ਼ਰ ਆਏ ਜਿਸ ਤੋਂ ਬਾਅਦ ਉੱਥੇ ਇੱਕ ਨੌਜਵਾਨ ਖੜਿਆ ਹੁੰਦਾ ਜਿਹਨੂੰ ਪਤਾ ਹੁੰਦਾ ਵੀ ਇਹ ਗੱਲਬਾਤ ਹੈ ਕੀ ਹੈ ਲੈਣਾ ਦੇ ਵਿੱਚ ਲੱਗੇ ਲੋਕ ਡਿਸਪੋਜ਼ਲ ਗਲਾਸ ਲੈ ਕੇ ਖੜੇ ਨੇ ਕਿਸ ਨੇ ਇੱਕ ਤੁੱਕਾ ਮਿਲ ਗਿਆ ਕਿਸ ਨੇ ਦੋ ਤੁੱਕੇ ਮਿਲ ਗਏ ਲੋਕਾਂ ਨੇ ਕਹਿ ਸਕਦੇ ਕਿ ਭੇੜਚਾਲ ਸ਼ੁਰੂ ਹੋ ਗਈ ਵੀ ਭਾਈ ਆਜੋ ਠਾਕੁਰ ਦੇ ਚਰਨਾਂ ਦਾ ਅੰਮ੍ਰਿਤ ਪਾਣੀ ਜਿਹੜਾ ਕਿ ਇੱਥੋਂ ਵਹਿੰਦਾ ਆਜੋ ਕੁਟਕੁਟ ਪੀ ਲਓ ਤੇ ਆਪਣੇ ਦੁੱਖ ਰੋਗ ਦੂਰ ਹੋ ਜਾਣਗੇ ਬਹੁਤ ਕਰਮਾ ਵਾਲੇ ਹੋਵਾਂਗੇ ਜਿਨ੍ਹਾਂ ਨੂੰ ਠਾਕੁਰ ਦੇ ਚਰਨਾਂ ਦਾ ਪਾਣੀ ਮਿਲ ਰਿਹਾ ਤੇ ਬਾਅਦ ਦੇ ਵਿੱਚ ਜਦੋਂ ਉੱਥੇ ਖੜਾ ਨੌਜਵਾਨ ਜਦੋਂ ਵੀਡੀਓ ਬਣਾਈ ਪਹਿਲਾਂ ਉਹਨੇ ਦੇਖਿਆ ਵੀ ਲੋਕ ਕੋਈ ਇਕਲੱਧੀ ਹੋਊਗਾ ਜਿਹੜਾ ਅਜਿਹਾ ਕੰਮ ਕਰੂਗਾ ਪਰ ਜੋ ਦੇਖਿਆ ਕਿ ਇੱਥੇ ਦਾ ਭੇੜ ਚੌੜੀ ਚਲਪੀ ਵੀ ਲੋਕ ਸਾਰੇ ਲਾਈਨਾਂ ਵਿੱਚ ਲੱਗੇ ਹੋਏ ਵਿੱਚੇ ਬੰਦੇ ਵਿੱਚੇ ਜਨਾਨੀਆਂ ਵੀ ਸਾਰੇ ਇਹ ਤਾਂ ਵੀ ਇੱਥੇ ਪਾਣੀ ਪੀ ਰਹੇ ਨੇ ਤਾਂ ਫਿਰ ਉਹਨਾਂ ਨੂੰ ਦੱਸਿਆ ਕਿ ਭਾਈ ਇਹ ਜਿਹੜਾ ਤੁਸੀਂ ਠਾਕੁਰ ਦੇ ਚਰਨਾਂ ਦਾ ਅੰਮ੍ਰਿਤ ਪਾਣੀ ਸਮਝ ਕੇ ਪੀ ਰਹੇ ਹੋ ਇਹ ਉਹ ਚੀਜ਼ ਨਹੀਂ ਹੈਗੀ ਇਹ ਤਾਂ ਅੰਦਰ ਜਿਹੜਾ ਏਸੀ ਲੱਗਿਆ ਹੋਇਆ ਉਹਦਾ ਪਾਣੀ ਜਿਹੜਾ ਕਿ ਬਾਹਰ ਆ ਰਿਹਾ ਜਿਸ ਨੂੰ ਤੁਸੀਂ ਅੰਮ੍ਰਿਤ ਪਾਣੀ ਸਮਝ ਕੇ ਪੀ ਰਹੇ ਹੋ ਤੁਹਾਨੂੰ ਕੋਈ ਬਿਮਾਰੀ ਕੁਝ ਹੋ ਸਕਦਾ ਹੈ ਜਿਸ ਤੋਂ ਬਾਅਦ ਵੀਡੀਓ ਨੂੰ ਲੋਕਾਂ ਵੱਲੋਂ ਬੇहद ਪਿਆਰ ਦਿੱਤਾ ਜਾ ਰਿਹਾ ਹੈ ਕਾਫੀ ਵਾਇਰਲ ਹੋ ਰਹੀ ਹੈ ਤੁਹਾਨੂੰ ਵੀਡੀਓ ਦੇਖ ਕੇ ਕੁਝ ਮਤਲਬ ਕਿ ਚੰਗਾ ਤੇ ਲੱਗੇਗਾ ਵੀ ਕਿਉਂਕਿ ਆਪਾਂ ਗੱਲ ਕਰਨ ਦਾ ਇੱਕ ਵੱਖਰੀ ਗੱਲ ਹੈ ਪਰ ਜੋ ਅਸੀਂ ਖੁਦ ਵੀਡੀਓ ਦੇਖ ਕੇ ਆ ਤਾਂ ਪਤਾ ਲੱਗਦਾ ਤਾਂ ਆਓ ਫਿਰ ਨਜ਼ਰ ਵੀਡੀਓ ਤੇ ਮਾਰਦੇ ਆਂ ਦੀਦੀ ਇਹ ਏਸੀ ਦਾ ਪਾਣੀ ਹੈ ਇਹ ਚਰਨੋ ਦਾ ਪਾਣੀ ਨਹੀਂ ਹੈ ਠਾਕੁਰ ਜੀ ਦੇ ਯਹਾਂ ਦੇ ਮੰਦਿਰ ਦੇ ਪੁਜਾਰੀ ਨੇ ਇਸ ਨੂੰ ਕਿਹਾ ਜਦਕਿ ਯਹਾਂ ਦੇ ਮੰਦਿਰ ਦੇ ਪੁਜਾਰੀ ਦੇ ਦੁਆਰਾ ਇਸ ਚੀਜ਼ ਦਾ ਖੰਡਨ ਕੀਤਾ ਗਿਆ ਕਿ ਇਹ ਜੋ ਜਲ ਹੈ ਉਹ ਏਸੀ ਦਾ ਆ ਰਿਹਾ ਹੈ ਨਾ ਕਿ ਇਹ ਜੋ ਹੈ ਸਾਡੇ ਠਾਕੁਰ ਜੀ ਦੇ ਚਰਨੋਂ ਜਾ ਰਿਹਾ ਲਓ ਜੀ ਤੁਸੀਂ ਵੀਡੀਓ ਦੇਖ ਹੀ ਲਈ ਤੇ ਤੁਹਾਡਾ ਹੁਣ ਇਸ ਵੀਡੀਓ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਚੀਜ਼ ਨੂੰ ਲੈ ਕੇ ਠੀਕ ਹੈ ਭਗਤੀ ਆ ਅਸੀਂ ਕਿਸੇ ਵੀ ਧਰਮ ਨੂੰ ਮੰਨਦੇ ਆ ਪਰ ਬਹੁਤ ਦਿਲੋਂ ਮੰਨਦੇ ਆ ਸੱਚੇ ਦਿਲੋਂ ਮੰਨਦੇ ਆ ਪਰ ਥੋੜਾ ਸੋਚ ਵੀ ਲਿਆ ਕਰੋ ਬੀਰਾਂ ਰਿਪੋਰਟ ਛਣਕਾਟਾ ਨਿਊਜ਼